ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਇੰਪਰੂਵਮੈਂਟ ਟਰੱਸਟ ਨੇ ਨਵਾਂ ਉਪਰਾਲਾ ਕੀਤਾ। ਚੇਅਰਮੈਨ ਵੱਲੋਂ ਵਿਭਾਗ ਦੀ ਬੰਦ ਪਈ ਵੈਬਸਾਈਟ ਨੂੰ ਮੁੜ ਚਾਲੂ ਕਰਦਿਆਂ ਸਾਰੀਆਂ ਫਾਈਲਾਂ ਦਾ ਬਿਊਰਾ ਆਨਲਾਈਨ ਕਰ ਦਿੱਤਾ ਗਿਆ। ਹੁਣ ਹਰ ਵਿਅਕਤੀ ਟਰੱਸਟ ਨਾਲ ਸੰਬੰਧਿਤ ਆਪਣੇ ਕੰਮ ਦੀ ਜਾਣਕਾਰੀ ਲੈ ਸਕੇਗਾ। ਹੋਰ ਤਾਂ ਹੋਰ, ਈ ਟ੍ਰੈਂਡਿੰਗ ਰਾਹੀਂ ਹੀ ਠੇਕੇ ਦਿੱਤੇ ਜਾਣਗੇ। ਇੰਨਾ ਹੀ ਨਹੀਂ, ਵਿਭਾਗ ਵੱਲੋਂ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਟਰੈਕਿੰਗ ਸਿਸਟਮ ਵੀ ਚਾਲੂ ਕਰ ਦਿੱਤਾ ਗਿਆ ਹੈ, ਜਿਸ ਨਾਲ ਫਾਈਲ ਜਮ੍ਹਾਂ ਕਰਵਾਉਣ ਵਾਲੇ ਵਿਅਕਤੀ ਨੂੰ ਮੋਬਾਈਲ ਉੱਤੇ ਉਸ ਦੀ ਫਾਈਲ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹੇਗੀ ਕਿ ਉਹ ਕਿਸ ਪੜਾਅ ਉੱਤੇ ਹੈ। ਵੈਬਸਾਈਟ ਦੇ ਵਿੱਚ ਅੰਮ੍ਰਿਤਸਰ ਦੇ ਕੀ ਪੂਰੇ ਦੁਨੀਆ ਦੇ ਵਿੱਚ ਵੈਬਸਾਈਟ ਦੇ ਵਿੱਚ ਲੋਕ ਦੇਖ ਸਕਣਗੇ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਕੀ ਕੰਮ ਕਰ ਰਿਹਾ, ਕੀ ਉਹਨਾਂ ਦੀਆਂ ਉਪਲਬਧੀਆਂ ਨੇ। ਹਰੇਕ ਤਰ੍ਹਾਂ ਦੇ ਜੇ ਕਿਸੇ ਨੂੰ ਕੋਈ ਸ਼ਿਕਾਇਤ ਵੀ ਹੈ ਤਾਂ ਉਹ ਵੈਬਸਾਈਟ 'ਤੇ ਪਾ ਸਕਦਾ। ਜੇ ਕਿਸੇ ਦਾ ਅਸੀਂ ਸਾਡੇ ਜਿਹੜੇ ਈ ਟੈਂਡਰਿੰਗ ਆ ਉਹ ਵੀ ਵੈਬਸਾਈਟ 'ਤੇ ਚੱਲਣਗੇ। ਜੇ ਸਾਡੀ ਕੋਈ ਬੋਲੀ ਆਈ ਈ ਬੋਲੀ ਉਹ ਵੀ ਵੈਬਸਾਈਟ 'ਤੇ ਚੱਲੇਗੀ। ਔਰ ਇੱਕ ਅਸੀਂ ਉਸਦੇ ਨਾਲ ਨਾਲ ਅਸੀਂ ਇੱਕ ਆਪਣਾ ਟਰੈਕਿੰਗ ਸਿਸਟਮ ਸ਼ੁਰੂ ਕੀਤਾ ਕਿ ਜਿਹੜਾ ਵੀ ਕਿਸੇ ਦੇ ਕੰਮ ਹੈ ਸਾਡੇ ਇੰਪਰੂਵਮੈਂਟ ਟਰੱਸਟ ਹੈਗਾ, ਆਪਣੀ ਫਾਈਲ ਲੈ ਕੇ ਆਏਗਾ ਸਾਡੇ ਉੱਥੇ ਰਿਸੈਪਸ਼ਨ 'ਤੇ, ਆਪਣਾ ਡਾਇਰੀ ਨੰਬਰ ਪਵਾ ਕੇ ਆਏਗਾ। ਉਹ ਜਿਹੜਾ ਡਾਇਰੀ ਨੰਬਰ ਉਹ ਤੁਹਾਡੇ ਮੋਬਾਈਲ 'ਤੇ ਆ ਜਾਏਗਾ, ਉਹ ਮੋਬਾਈਲ 'ਤੇ ਡਾਇਰੀ ਨੰਬਰ ਪੈ ਕੇ ਔਰ ਉਹਨੂੰ ਮੈਸੇਜ ਆਉਂਦਾ ਰਹੇਗਾ ਕਿ ਇਹ ਫਾਈਲ ਤੁਹਾਡੇ JEE ਕੋਲ ਚਲੇਗੀ, SDO ਸਾਹਿਬ ਕੋਲ ਚਲੇਗੀ, XCN ਸਾਹਿਬ ਕੋਲ ਚਲੇਗੀ, SC ਸਾਹਿਬ ਕੋਲ ਚਲੇਗੀ, ਅਤੇ ਇਹ ਤੁਹਾਡੀ ਕੰਮ ਕੰਪਲੀਟ ਹੋ ਗਿਆ। ਪਹਿਲਾਂ ਕੀ ਹੁੰਦਾ ਸੀ ਕਿ ਲੋਕ ਫਾਈਲ ਦੇ ਕੇ ਜਾਂਦੇ ਸੀ, ਉਹ ਸਾਈਟ 'ਤੇ ਪਈ ਰਹਿੰਦੇ ਸੀ, ਜਿਹੜਾ ਪਰਸਿਊ ਕਰਦਾ ਸੀ ਉਹਦਾ ਕੰਮ ਹੋ ਜਾਂਦਾ ਸੀ, ਬਾਕੀ ਫਾਈਲਾਂ ਸਾਈਟ 'ਤੇ ਪਈਆਂ ਮਿੱਟੀ ਖਾਂਦੀਆਂ ਸੀ। ਇਹ ਸਾਰਾ ਸਿਸਟਮ ਕੰਪਿਊਟਰਾਈਜ਼ ਕਰਨ ਦੇ ਕਰਕੇ ਆ, ਜਿਹੜੀ ਅਸੀਂ ਟਰੈਕਿੰਗ ਸਿਸਟਮ ਦੇ ਕਰਕੇ ਅਸੀਂ ਕਰਤਾ ਸ਼ੁਰੂ ਕਰਤਾ। ਔਰ ਅੱਜ ਤੋਂ ਸਾਡਾ ਉੱਥੇ ਰਿਸੈਪਸ਼ਨ 'ਤੇ ਬੰਦਾ ਬੈਠਾ, ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਜੇ ਕਿਸੇ ਦੀ ਫਾਈਲ 'ਚ ਕੋਈ ਕਮੀ ਪੇਸ਼ੀ ਹੋਏਗੀ ਤਾਂ ਉਹਨੂੰ ਮੈਸੇਜ ਜਾਏਗਾ ਕਿ ਤੁਹਾਡੀ ਫਾਈਲ ਦੇ ਵਿੱਚ ਇਹ ਕਮੀ ਹੈ, ਪੇਪਰ ਪੂਰਾ ਕੀਤਾ ਜਾਵੇ। ਸਰ, ਕਰਪਸ਼ਨ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ, ਇਹ ਕਰਪਸ਼ਨ ਨੂੰ ਰੋਕਣ ਵਾਸਤੇ ਹੀ ਹੈ ਜਿਹੜੀ ਅਸੀਂ ਟਰੈਕਿੰਗ ਸਿਸਟਮ ਲਗਾਇਆ। ਆਉਣ ਵਾਲੇ ਦਿਨਾਂ 'ਚ ਇਹ ਸਿਸਟਮ ਦਾ ਲੋਕਾਂ ਨੂੰ ਕੀ ਫਾਇਦਾ ਮਿਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਇਸ ਸਿਸਟਮ ਨਾਲ ਲੋਕਾਂ ਨੂੰ ਫਾਇਦਾ ਹੋਣ ਦੀ ਉਮੀਦ ਜ਼ਰੂਰ ਜਾਗ ਗਈ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ, ਜਗਬਾਣੀ TV।